ਹਿੰਦੁਸਤਾਨ ਦੀ ਆਜ਼ਾਦੀ ਬਾਬਤ ਦਰਅਸਲ ਜਦ ਤੋਂ ਵੀ ਅੰਗਰੇਜ਼ ਹਿੰਦੁਸਤਾਨ ਦੇ ਵਿੱਚ ਦਾਖਲ ਆ ਕੇ ਹੋਏ, ਤਰ੍ਹਾਂ ਤਰ੍ਹਾਂ ਦੇ ਰਿਵੋਲਟ ਇਹਨਾਂ ਦੇ ਖਿਲਾਫ ਹੁੰਦੇ ਰਹੇ। ਹਿੰਦੁਸਤਾਨੀਆਂ ਨੇ ਇਹਨਾਂ ਨੂੰ ਪੀਸਫੁਲੀ ਅਸੈਪਟ ਨਹੀਂ ਕੀਤਾ। ਉਹ ਰਿਵੋਲਟ ਜਿਹੜੇ ਹੋਏ ਆ, ਕਿਤੇ ਭੀਲਾਂ ਨੇ ਕਰਤੇ, ਕਿਤੇ ਨੀਲ ਲਈ ਨੀਲ ਦੇ ਕਲਟੀਵੇਟਰਾਂ ਨੇ ਕਰਤੇ, ਕਿਤੇ ਮਹਾਰਾਸ਼ਟਰਾ 'ਚ ਹੋ ਗਏ। ਸੋ ਪੰਜਾਬ ਦੇ ਫਤਿਹ ਹੋਣ ਤੋਂ ਪਹਿਲਾਂ ਵੀ ਇਹ ਰਿਵੋਲਟ ਰਹੇ। ਮੋਪਲਾ ਰਿਵੇਲੀਅਨ ਹੋਇਆ। ਸਾਡੇ ਹਿਸਟੋਰੀਅਨ ਨੇ ਉਹਨਾਂ ਨੂੰ ਆਪਣੀ ਆਜ਼ਾਦੀ ਦਾ ਇੱਕ ਹਿੱਸਾ ਨਹੀਂ ਗਰਦਾਨਿਆ, ਅਤੇ ਬਾਅਦ ਵਕਤ ਉਹਨਾਂ ਨੂੰ ਇੰਟਰਪ੍ਰੈਟ ਕਰਨ ਲੱਗਿਆਂ ਨੇ ਮਜ਼ਹਬੀ ਰੂਪ ਵੀ ਦਿੱਤੇ। ਦਰਅਸਲ ਉਹ ਤਾਂ ਜਦੋਂ ਹਿੰਦੁਸਤਾਨ 'ਚ ਅੰਗਰੇਜ਼ ਆਏ ਹੈ ਅਤੇ ਉਹਨਾਂ ਦੇ ਖਿਲਾਫ ਜਿਹੜੀਆਂ ਉਹਨਾਂ ਨੇ ਲੁੱਟ ਦੀਆਂ ਸਕੀਮਾਂ ਬਣਾਈਆਂ, ਉਹਨਾਂ ਦੇ ਖਿਲਾਫ ਰਿਵੋਲਟ ਸੀ, ਕਿਸਾਨਾਂ ਦੇ ਰਿਵੋਲਟ ਸੀ, ਆਰਟੀਜ਼ਨ ਦੇ ਰਿਵੋਲਟ ਸੀਗੇ, ਬਾਕੀ ਈਵਨ ਜ਼ਿਮੀਂਦਾਰਾਂ ਦੇ ਬੜਿਆਂ ਬੜਿਆਂ ਦੇ ਰਿਵੋਲਟ ਸੀ, ਪ੍ਰਿੰਸ ਦੇ ਰਿਵੋਲਟ ਸੀਗੇ। ਅਸੀਂ ਉਹਨਾਂ ਸਾਰਿਆਂ ਨੂੰ ਆਪਣੀ ਆਜ਼ਾਦੀ ਦਾ ਹਿੱਸਾ ਸਮਝਦੇ ਹਾਂ, ਭਾਵਾਂ ਉਹ ਕਿਸੇ ਕਿਸਮ ਦੇ ਸੀ। ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਾਡੇ ਆਜ਼ਾਦੀ ਦੇ ਘੋਲ ਦੇ ਵਿੱਚ ਕੀ ਘਟਨਾਵਾਂ ਹੋਈਆਂ ਔਰ ਉਹਨਾਂ ਦਾ ਕੀ ਰੱਦੇ ਅਮਲ ਹੋਇਆ ਇੱਕ ਦੂਸਰੇ ਦੇ ਉੱਤੇ। ਦੋ ਘੋਲ ਹੋਏ ਹੈ ਹਿੰਦੁਸਤਾਨ ਦੇ ਵਿੱਚ, ਇੱਕ ਮਹਾਤਮਾ ਗਾਂਧੀ ਦਾ ਸੱਤਿਆਗ੍ਰਹਿ ਦਾ ਘੋਲ, ਉਹਨਾਂ ਨੂੰ ਉਹਦੀ ਵਿਸ਼ੇਸ਼ਤਾ ਜੋ ਕੁਛ ਵੀ ਹੈ, ਸਾਰੇ ਹਿੰਦੁਸਤਾਨ ਦੇ ਵਿੱਚ ਯਕਜਾ ਹੋਣਾ, ਹਿੰਦੁਸਤਾਨੀਆਂ ਦਾ ਇੱਕ ਨੇਸ਼ਨ ਦੇ ਤੌਰ 'ਤੇ ਉੱਭਰਨਾ, ਉਹਨਾਂ ਨੂੰ ਮੁਬਾਰਕ ਹੋਵੇ। ਪਰ ਇੰਨੇ ਨਾਲ ਗੱਲ ਖਤਮ ਨਹੀਂ ਹੋ ਜਾਂਦੀ। ਸਾਡੀ ਆਜ਼ਾਦੀ ਦੀ ਜਿਹੜੀ ਜੰਗ ਹੈ ਇਹ ਬੜੀ ਪੁਰਾਣੀ ਸ਼ੁਰੂ ਹੁੰਦੀ ਤੁਰੀ ਆਈ ਹੈ। ਜ਼ਿਆਦਾਤਰ ਮੈਂ ਲਵਾਂਗਾ ਭਈ ਪੰਜਾਬ 'ਤੇ ਇਸ ਦਾ ਕੀ ਅਸਰ ਹੋਇਆ। ਦਰਅਸਲ ਜਦੋਂ ਅਸੀਂ ਲਈਏ ਕਿ ਇਸ ਜੰਗ ਦੇ ਦੋ ਪਹਿਲੂ ਹੈ, ਦੂਸਰਾ ਪਹਿਲੂ ਜਿਹੜਾ ਉਹ ਵੀ ਚਿਰ ਤੋਂ ਸ਼ੁਰੂ ਹੋਇਆ ਔਰ ਪੰਜਾਬ ਦੇ ਵਿੱਚ ਉਸ ਪਹਿਲੂ ਦੇ ਸ਼ੁਰੂ ਕਰਨ ਵਾਲੇ ਜਿਹੜੇ ਆ ਉਹ ਸਰਦਾਰ ਅਜੀਤ ਸਿੰਘ ਜੀ। ਲੰਬੀ ਚੌੜੀ ਰਿਸਰਚ ਤੋਂ ਬਾਅਦ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਬੰਗਾਲ ਦੀ ਭਾਰਤ ਮਾਤਾ ਸੁਸਾਇਟੀ ਉੱਥੇ ਦੇ ਜਿਹੜੇ ਭੱਦਰ ਪੁਰਸ਼ ਹਿੰਦੂ ਸੀਗੇ ਉਹਨਾਂ ਦੀ ਡੋਮੀਨੇਟਡ ਸੀਗੀ। ਇਸੇ ਤਰ੍ਹਾਂ ਪਰ ਉਹਨਾਂ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਕੋਈ ਨਫ਼ਰਤ ਨਹੀਂ ਸੀ, ਇੰਨਾ ਫਰਕ ਸੀ। ਅੰਗਰੇਜ਼ ਦੇ ਖਿਲਾਫ ਨਫ਼ਰਤ ਸੀ, ਬੜੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਇਸ ਸਿਲਸਿਲੇ ਦੇ ਵਿੱਚ। ਮਹਾਰਾਸ਼ਟਰ ਦੇ ਵਿੱਚ ਜਿਹੜੀ ਇਹ ਸੰਮਤੀ ਇਸ ਕਿਸਮ ਦੀ ਬਣੀ ਹੈ ਉਹ ਵੀ ਇਨਕਲਾਬੀ ਸੰਮਤੀ ਸੀ, ਅੰਗਰੇਜ਼ਾਂ ਦੇ ਖਿਲਾਫ ਲੜੀ, ਪਰ ਨਾਲ ਦੀ ਨਾਲ ਹੀ ਉਹਨਾਂ ਨੂੰ ਨਫ਼ਰਤ ਸੀ, ਮੁਸਲਮਾਨਾਂ ਦੇ ਖਿਲਾਫ ਵੀ ਨਫ਼ਰਤ ਸੀ। ਹੁਣ ਆ ਗਈ ਵਾਰੀ ਪੰਜਾਬ ਦੀ। ਪੰਜਾਬ 'ਤੇ ਵੀ ਇਹਨਾਂ ਸੰਮਤੀਆਂ ਦਾ ਕਾਫੀ ਅਸਰ ਹੋਇਆ। ਜਦ ਸਰਦਾਰ ਅਜੀਤ ਸਿੰਘ ਜੀ ਕਾਂਗਰਸ ਸੈਸ਼ਨ ਦੇ ਉੱਤੇ ਕਲਕੱਤੇ ਗਏ ਹੈ ਅਤੇ ਇਹਨਾਂ ਦਾ ਮੇਲ ਜਿਹੜਾ ਹੈ ਉਹ ਉੱਥੇ ਦੀ ਬੰਗਾਲ ਦੀ ਭਾਰਤ ਮਾਤਾ ਸੁਸਾਇਟੀ ਦੇ ਨਾਲ ਹੋਇਆ। ਉਸ ਤੋਂ ਇਹ ਕੁਛ ਇੰਸਪੀਰੇਸ਼ਨ ਲੈ ਕੇ ਅਤੇ ਵਾਪਸ ਪੰਜਾਬ ਦੇ ਵਿੱਚ ਆਏ। ਪੰਜਾਬ ਦੇ ਵਿੱਚ ਇਸ ਖਾਨਦਾਨ ਦੀ ਇੰਨੀ ਦੇਣ ਆ, ਜਿੰਨੀ ਮੈਂ ਜ਼ਿਆਦਾ ਇਹ 'ਤੇ ਰਿਸਰਚ ਕਰਦਾ ਉਨਾ ਹੀ ਜ਼ਿਆਦਾ ਮੈਂ
ਬੜਾ ਡੀਪ ਚਲੇ ਜਾਂਦਾ ਕਿ ਕੋਈ ਖਾਨਦਾਨ ਉਹ ਵੀ ਹੈਗਾ ਜਿਨ੍ਹਾਂ ਨੇ ਇੱਕ ਬਾਬੇ ਤੋਂ ਲਾ ਕੇ ਪੋਤੇ ਤਾਈਂ ਲਗਾਤਾਰ ਕੁਰਬਾਨੀਆਂ ਹੀ ਕੁਰਬਾਨੀਆਂ ਕੀਤੀਆਂ ਹੋਣ। ਸੋ ਭਾਰਤ ਮਾਤਾ ਸੁਸਾਇਟੀ ਇਹ ਇਨਕਲਾਬੀ ਜਥੇਬੰਦੀ ਸੀ ਜਿਹੜੀ ਲੜ ਕੇ ਅੰਗਰੇਜ਼ਾਂ ਨੂੰ ਇੱਥੇ ਕੱਢਣਾ ਚਾਹੁੰਦੀ ਸੀ, ਹਥਿਆਰਬੰਦ ਬਗਾਵਤ ਦੇ ਜ਼ਰੀਏ ਕੱਢਣਾ ਚਾਹੁੰਦੀ ਸੀ। ਇਸ ਦਾ ਰੱਦੇ ਅਮਲ ਜਿਹੜਾ ਪੰਜਾਬ ਦੇ ਵਿੱਚ ਹੋਇਆ ਕੁਛ ਵੱਖਰਾ ਸੀ। ਇੱਥੇ ਇਹਦੇ ਵਿੱਚ ਮੁਸਲਮਾਨ ਵੀ ਸ਼ਾਮਿਲ ਹੋਏ, ਹਿੰਦੂ ਵੀ ਸ਼ਾਮਿਲ ਹੋਏ ਔਰ ਸਿੱਖ ਵੀ ਸ਼ਾਮਿਲ ਹੋਏ ਅਤੇ ਇਹਨਾਂ ਨੇ ਆਪਣਾ ਨਾਂ ਵੀ ਤਬਦੀਲ ਕਰ ਲਿਆ ਅੰਜਮਾਨੇ ਮੁਹਿੱਬਾਨੇ ਵਤਨ ਦੇ ਨਾਂ 'ਤੇ। ਉਹਦੇ ਵਿੱਚ ਸੂਫੀ ਅੰਬਾ ਪ੍ਰਸ਼ਾਦ ਦੂਸਰੇ ਵੀ ਆ ਸ਼ਾਮਿਲ ਹੋਏ, ਹਰਦਿਆਲ ਦਾ ਵੀ ਨਾਂ ਆਉਂਦਾ ਕਿਉਂਕਿ ਉਸ ਵੇਲੇ ਦਿੱਲੀ ਜਿਹੜਾ ਹੈ ਉਹ ਪੰਜਾਬ ਦੇ ਸੂਬੇ ਦੇ ਵਿੱਚ ਸ਼ਾਮਿਲ ਸੀ। ਹਾਰਡਿੰਗ ਬੰਬ ਕੇਸ ਜਿਹੜਾ ਉਹ ਵੀ ਇਹਨਾਂ ਦੀ ਇੰਸਪੀਰੇਸ਼ਨ 'ਤੇ ਹੀ ਹੋਇਆ ਸੀ। ਇਹਨਾਂ ਦੀ ਜਥੇਬੰਦੀ ਸੀ, ਮਾਸਟਰ ਅਮੀਰ ਚੰਦ ਲਿਖਦਾ ਸੀ ਪਰਚੇ ਵੰਡਦਾ ਸੀ, ਇਨਕਲਾਬੀ ਪਰਚੇ ਵੰਡਦਾ ਸੀ ਔਰ ਦਿੱਲੀ ਦੇ ਵਿੱਚ ਇਹਨਾਂ ਦਾ ਬੜਾ ਪਾਰਾ ਪ੍ਰਭਾਵ ਸੀਗਾ। ਹੁਣ ਤਾਂ ਇਹ ਪਤਾ ਲੱਗਦਾ ਕਿ ਉਹ ਪਰਚੇ ਅਮੈਰੀਕਾ 'ਚੋਂ ਆਉਂਦੇ ਸੀ। ਕਈ ਲੋਕ ਕਹਿੰਦੇ ਕਿ ਅਮੈਰੀਕਾ ਦੀ ਗਦਰ ਪਾਰਟੀ ਜਿਹੜੀ ਆ 1913 ਦੇ ਵਿੱਚ ਕਾਇਮ ਹੋਈ। ਤੁਸੀਂ ਡੇਟ ਮੂਜਬ ਲੈਣਾ ਹੋਵੇ ਕਿਸੇ ਚੀਜ਼ ਨੂੰ, ਭਾਈ ਕਦੋਂ ਉਹ ਸੰਸਥਾ ਬਣੀ, ਉਹਦੀ ਤਾਰੀਖ ਕੀ ਸੀ, ਇਹ ਇੱਕ ਵੱਖਰੀ ਚੀਜ਼ ਹੈ। ਪਰ ਲਹਿਰਾਂ ਜਿਹੜੀਆਂ ਉਹ ਇੱਕ ਦਿਨ ਨਹੀਂ ਸ਼ੁਰੂ ਹੁੰਦੀਆਂ, ਉਹਨਾਂ ਨੂੰ ਟਾਈਮ ਲੱਗਦਾ।